ਮੈਨੇ ਕਰਦਾ ਤੁਹਾਡੀ ਜ਼ਿੰਦਗੀ ਚ ਕੀ ਤੁਹਾਨੂੰ ਪਰਮੇਸ਼ਵਰ ਦੀ ਆਵਾਜ਼ ਸੁਣਦੀ ਆ ਕਿ ਨਹੀਂ ਤੁਹਾਡੇ ਆਸ-ਪਾਸ ਬਹੁਤ ਸਾਰੀਆਂ ਆਵਾਜ਼ਾਂ ਆ ਤੁਹਾਡਾ ਬਿਜ਼ਨਸ ਤੁਹਾਨੂੰ ਆਵਾਜ਼ ਮਾਰਦਾ ਪਰਮੇਸ਼ਵਰ ਤੇਰੇ ਨਾਲ ਨਹੀਂ ਸ਼ਰਾਬ ਪੀਣ ਵਾਲੇ ਦੋਸਤ ਆਵਾਜ਼ਾਂ ਮਾਰਦੇ ਆ ਜਾਂ ਸਾਡੇ ਵੱਲ ਕੁਛ ਨਹੀਂ ਆ ਪਰਮੇਸ਼ਵਰ ਚ ਰੱਖਿਆ ਕੁੜੀਆਂ ਆਵਾਜ਼ਾਂ ਮਾਰਦੀਆਂ ਉਧਰੋਂ ਆਇਆ ਸਾਡੇ ਵੱਲ ਪਰਮੇਸ਼ਵਰ ਚ ਕੁਛ ਨਹੀਂ ਰੱਖਿਆ ਅਲੱਗ-ਅਲੱਗ ਆਵਾਜ਼ਾਂ ਆ ਪਰ ਪਰਮੇਸ਼ਵਰ ਨੇ ਕਿਹਾ ਮੇਰੀ ਪੇੜ ਕੀਦੀ ਆਵਾਜ਼ ਨੂੰ ਸੁਣਦੀ ਹੈ ਮੇਰੀ ਆਵਾਜ਼ ਨੂੰ ਮੇਰੇ ਕੋਲ ਆ ਕੇ ਕਦੀ ਕਿਸੇ ਕੁੜੀ ਨੇ ਪ੍ਰਪੋਜ਼ ਨਹੀਂ ਕੀਤਾ ਕਿਉਂ ਕਿਉਂਕਿ ਉਹਨੂੰ ਪਤਾ ਸੀਗਾ ਮੈਂ ਕੜਕ ਆ ਹਾਂ ਜਾਂ ਨਾ ਦੂਰੋਂ ਦੇਖਦੀਆਂ ਸੀ ਉਹ ਪਰ ਮੇਰੇ ਕੋਲ ਨਹੀਂ ਸੀ ਕਿਉਂ ਉਹਨਾਂ ਨੂੰ ਪਤਾ ਸੀ ਮੈਂ ਐਦਾ ਦਾ ਨਿਗਾ ਚੁਗਲੀ ਚੁਗਲੀ ਨੂੰ ਲੱਭਦੀ ਹੈ ਬਾਂਦਰ ਬਾਂਦਰ ਨੂੰ ਲੱਭਦਾ ਖੋਤਾ ਖੋਤੇ ਨੂੰ ਲੱਭਦਾ ਤੇ ਬੰਦਾ ਬੰਦੇ ਨੂੰ ਲੱਭਦਾ ਮੈਨੂੰ ਨਹੀਂ ਸਮਝ ਆਂਦੀ ਚਾਰ ਬੰਦੇ ਖੜੇ ਐ ਉਹਨਾਂ 'ਚ ਇੱਕ ਕ੍ਰਿਸਚਨ ਐ ਔਰ ਨਾਨ ਬਿਲੀਵਰ ਉਹਦੇ ਕੋਲ ਪੁੱਛ ਰਿਹਾ ਓ ਯਾਰ ਮੈਨੂੰ ਕੁੜੀ ਦਾ ਨੰਬਰ ਦਵਾ ਦੇ ਉਹਦੀ ਹਿੰਮਤ ਕਿੱਦਾਂ ਪਈ ਤੁਹਾਡੇ ਕੋਲ ਪੁੱਛਣ ਦੀ ਕਿਉਂ ਕਿਉਂਕਿ ਤੁਸੀਂ ਪੇੜ ਨਹੀਂ ਹੋ ਤੁਸੀਂ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣਨ ਵਾਲੇ ਕਿਉਂਕਿ ਉਹਨੂੰ ਪਤਾ ਐ ਤੁਸੀਂ ਵੀ ਮੇਰੇ ਵਰਗੇ ਹੋ ਤੇ ਪਰਮੇਸ਼ਰ ਕਹਿੰਦਾ ਜਿਹੜਾ ਮੇਰੀ ਭੇੜ ਐ ਉਹ ਮੇਰੀ ਆਵਾਜ਼ ਸੁਨੇਗੀ ਮੇਰੇ ਕੋਲ ਆ ਕੇ ਕੋਈ ਚੁਗਲੀ ਨਹੀਂ ਕਰਦਾ क्यों नहीं करता मेरे को आके चुगली मेरा दोस्त था कभी मैं गलत गला नहीं करता क्यों उन्होंने पता मैं परमेश्वर की पेड़ा शैतान की बकरी नहीं हमें मैं लुया ਇਹ ਕਿੱਦਾਂ ਪੌਸਿਬਲ ਹੈ ਇਹ ਕਿਵੇਂ ਪੌਸਿਬਲ ਹੈ ਕਿ ਚਾਰ ਕੁੜੀਆਂ ਖੜੀਆਂ ਇੱਕ ਕ੍ਰਿਸਚਨ ਹੈ ਔਰ ਤਿੰਨ ਕੁੜੀਆਂ ਖੜੀਆਂ ਉਹ ਦੇਖ ਮੁੰਡਾ ਤੇ ਨੰਬਰ ਹੈਗਾ ਉਹਦਾ ਕਿੱਦਾਂ ਪੌਸਿਬਲ ਹੈ ਕਿਉਂਕਿ ਤੁਸੀਂ ਉਹਦੀ ਭੇਡ ਨਹੀਂ ਹੋ ਇਸੇ ਲਈ ਉਹਨਾਂ ਚ ਹਿਯਾਬ ਹੈ ਹੌਸਲੇ ਤਿੰਨ ਕੁੜੀਆਂ ਦੇ ਅੰਦਰ ਤੁਹਾਨੂੰ ਮੁੰਡੇ ਦਾ ਨੰਬਰ ਲੈਂਦਾ ਇਸੇ ਲਈ ਉਹਨਾਂ ਕੋ ਹੌਸਲੇ ਆ ਉਹਨਾਂ ਦੇ ਅੰਦਰ ਇਸੇ ਲਈ ਉਹਨਾਂ ਦੇ ਅੰਦਰ ਹਿਯਾਬ ਹੈ ਕਿਉਂਕਿ ਤੁਸੀਂ ਪਰਮੇਸ਼ਵਰ ਦੀ ਭੇਡ ਨਹੀਂ ਹੋ ਅਗਰ ਤੁਸੀਂ ਪਰਮੇਸ਼ਵਰ ਦੀ ਭੇਡ ਹੁੰਦੇ ਤੁਸੀਂ ਰਿਐਕਟ ਕਰਦੇ ਉਸੇ ਗੁੱਸਾ ਕਰਦੇ ਉਸੇ ਲਈ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਇਹ ਬੰਦਾ ਅਲੱਗ ਹੈ ਇਹ ਬੰਦੀ ਅਲੱਗ ਹੈ ਆਮੀਨ ਅਗਰ ਤੁਸੀਂ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣ ਸਕਦੇ ਤੁਸੀਂ ਬਹਿਰੇ ਹੋ ਔਰ ਜਦੋਂ ਤੁਸੀਂ ਬਹਿਰੇ ਹੋ ਪਰਮੇਸ਼ਰ ਦੀ ਡਾਇਰੈਕਸ਼ਨ ਤੁਹਾਨੂੰ ਨਹੀਂ ਮਿਲੇਗੀ ਤੁਸੀਂ ਬਿਜ਼ਨਸ ਕੋਈ ਕਰੋਗੇ ਪਰਮੇਸ਼ਰ ਨੇ ਠਹਿਰਾਇਆ ਕੋਈ ਹੋਏਗਾ ਤੁਸੀਂ ਜਾਣਾ ਇੱਧਰ ਹੈ ਪਰਮੇਸ਼ਰ ਚਾਹੁੰਦਾ ਇੱਧਰ ਜਾ ਪਰ ਤੁਸੀਂ ਜਾ ਇੱਧਰ ਰਹੇ ਹੋ ਕੰਨ ਕੀ ਨੇ ਬੰਦ ਨੇ ਬਹੁਤ ਸਾਰੀਆਂ ਆਵਾਜ਼ਾਂ ਦੇ ਆਸ-ਪਾਸ ਨੇ ਤੜੇ ਕਰਦੇ ਕੁਛ ਕਹ ਰਹੇ ਤੜੇ ਦੋਸਤ ਕੁਛ ਕਹ ਰਹੇ ਪਰ ਪਰਮੇਸ਼ਵਰ ਕੁਛ ਕਹ ਰਹੇ ਉਹਦੀ ਆਵਾਜ਼ ਨੂੰ ਸੁਣਨ ਦੇ ਲਈ ਸਾਡਾ ਪਰਮੇਸ਼ਵਰ ਨਾਲ ਮੇਲ ਮਿਲਾਪ ਹੋਣਾ ਜ਼ਰੂਰੀ ਹੈ ਬੈਪਟਿਸਮ ਹੋਣਾ ਜ਼ਰੂਰੀ ਹੈ ਉਧਾਰ ਪਾਣਾ ਜ਼ਰੂਰੀ ਹੈ ਤਾਂ ਕਿ ਪਰਮੇਸ਼ਵਰ ਮੇਰੇ ਨਾਲ ਗੱਲ ਕਰ ਸਕੇ ਹallelujah ਚੋਰੀ ਵਾਲਾ ਬੰਦਾ ਕਦੀ ਮੇਰੇ ਕੋਲ ਨਹੀਂ ਆਇਆ ਕਿਉਂ ਉਹਨੂੰ ਪਤਾ ਮੈਂ ਚੋਰੀ ਨਹੀਂ ਕਰਦਾ ਮੇਰਾ ਕੋਈ ਫਰੈਂਡ ਇੱਦਾਂ ਦਾ ਨਹੀਂ ਹੈ ਇਹ ਡਾ ਉੱਟ ਕੇ ਮੈਨੂੰ ਮਜ਼ਾਕ ਕਰੇ ਗੰਦਾ ਕਿਉਂ ਉਹਨੂੰ ਪਤਾ ਮੈਂ ਰਿਐਕਟ ਕਰ ਚੁੱਕਾ ਪਹਿਲਾਂ ਮੈਂ ਮਨਾ ਕਰ ਚੁੱਕਾ ਉਹਨਾਂ ਚੀਜ਼ਾਂ ਨੂੰ ਮੈਂ ਗੁੱਸਾ ਕਰ ਚੁੱਕਾ ਉਹਨਾਂ ਚੀਜ਼ਾਂ ਤੇ ਇਸ ਲਈ ਉਹ ਗੱਲਾਂ ਮੇਰੇ ਕੋਲ ਨਹੀਂ ਆਂਦੀ ਤੁਸੀਂ ਵੀ ਖੜੇ ਹੋ ਤਿੰਨ ਜਣੇ ਹੈਂ ਵਾਲ ਸਿੱਧੇ ਕਰਕੇ ਬਰਾਉਨ ਕਰਕੇ ਉਹ ਤੁਹਾਡੇ ਨਾਲ ਕ੍ਰਿਸਚਨ ਵੀ ਖੜਾ ਉਹ ਗੱਲਾਂ ਜੋ ਕਰਦਾ ਹੈ ਕ੍ਰਿਸਚਨ ਜੋ ਉਹ ਕਰਦੇ ਫਿਰ ਉਹ ਕ੍ਰਿਸਚਨ ਕਹਦਾ ਹੈ ਕ੍ਰਿਸਚਨ ਨਿਗਾਓ ਉਹ ਨਾਮ ਦਾ ਪੀਟਰ ਹੈ ਜੌਨ ਹੈ ਆਮੀਨ ਉਹਦੀ ਪੇੜ ਨਹੀਂ ਹੈ ਜੇ ਉਹਦੀ ਪੇੜ ਹੁੰਦੀ ਉਥੇ ਖੜੀ ਵੀ ਨਾ ਹੁੰਦੀ ਪਰਮੇਸ਼ਵਰ ਨੇ ਕੀ ਮੇਰੀਆਂ ਪੇਡਾਂ ਅੰਦਰ ਆਣ ਗਈਆਂ ਬਾਹਰ ਜਾਣ ਗਈਆਂ ਚਾਰਾ ਪਾਣ ਗਈਆਂ ਮੈਂ ਉਹਨਾਂ ਦਾ ਆਯਾਲੀ ਹੋਵਾਂਗਾ ਕਿਸੇ ਅੱਛੀ ਵਸੂਦੀ ਕੱਢੀ ਨਹੀਂ ਹੋਏਗੀ ਜਿਸ ਤਰ੍ਹਾਂ ਮੈਂ ਉਹਦੀ ਪੇੜਾਂ ਪਰਮੇਸ਼ਵਰ ਨੂੰ ਮੰਨਣ ਵਾਲੇ ਤੁਸੀਂ ਜੈਨੂਇਨ ਲੋਕੋ ਦੀ ਪੇੜ ਹੋ ਆਮ ਇਨ ਛੋਟੇ ਚਰਚ ਕੀ ਤੁਸੀਂ ਪੇੜ ਹੋ ਪਰਮੇਸ਼ਵਰ ਦੀ ਹਾਂ ਕੇ ਨਾ ਫਿਰ ਕੋਈ ਕਿੱਦਾਂ ਤੁਹਾਡੇ ਕੋ ਆ ਕੇ ਕਹਿ ਸਕਦਾ ਹੈ ਉਹ ਯਾਰ ਜਿਹੜੇ ਝੂਠ ਬੋਲੇ ਸੀ ਨਾ ਆਪ ਆਪਣੇ ਮਾਲਕ ਨੂੰ ਆਲਾ ਫੜ 10000 ਬਚਿਆ 5 13 ਦੇ 5 ਮੇਰਾ ਕਿੱਦਾਂ ਹੋ ਸਕ ਇਹ ਕਿੱਦਾਂ ਹੋ ਸਕਦਾ ਮੈਨੂੰ ਦੱਸੋ ਤੁਸੀਂ ਢੇਡ ਨਹੀਂ ਹੋ ਇਸੇ ਕਰਕੇ ਲੋਕ ਤੁਹਾਨੂੰ ਅਪਰੋਚ ਕਰਦੇ ਤੁਸੀਂ ਢੇਡ ਨਹੀਂ ਉਹਨਾਂ ਨੂੰ ਪਤਾ ਇਹ ਵੀ ਸਾਡੇ ਵਰਗੀ ਹੈ ਇਹ ਵੀ ਸਾਡੇ ਵਰਗਾ ਇਹਨੂੰ ਉਹਨਾਂ ਲੋਕਾਂ ਨੂੰ ਪਤਾ ਲੋਕਾਂ ਨੂੰ ਨਜ਼ਰ ਆਂਦਾ ਲੋਕਾਂ ਨੂੰ परमेश्वर कहता जो मेरी भेड़ होएगी मेरी आवाज सुनेगी क्योंकि को लखा है। दी, लोकां दी आ, दी आवाज है घरद्या की लोगों बीमारी की आवाज वखरी है लालच की आवाज़ वखरी है पाप की आवाज वखरी पर परमेश्वर कहता मेरी भेड़ होएगी वो निशानी होएगी कि आवाज सुनेगी मेरी आवाज सुनेगी मेरे पिछे चलेगी शब्द नहीं पहचानी हो अमीन ਜੀ ਬਿਜ਼ਨਸ ਕਰ ਸਕਦੇ ਹੋ ਪੱਲੇਰੀ ਦੇ ਨਾਲ ਕਿ ਹਾਂ ਭਾਈ ਮੈਂ ਤੈਨੂੰ ਇਹ ਕਾਰ ਲੈ ਕੇ ਦਊਂਗਾ ਮੇਰਾ 20000 ਰੁਪਏ ਮੈਂ ਲਵਾਂਗਾ ਵਿੱਚੋਂ ਜੇ ਤੁਸੀਂ ਪੇੜ ਹੋ ਤੁਸੀਂ ਖੁੱਲ ਕੇ ਗੱਲ ਕਰੋਗੇ ਤੁਹਾਡੇ ਡਰਪੋਕ ਪੁਨਾ ਨਹੀਂ ਹੋਊਗਾ ਤੁਹਾਡੇ ਅੰਦਰ ਪਰ ਜੇ ਤੁਸੀਂ ਬੱਕਰੀਆਂ ਹੋ ਫਿਰ ਤੁਸੀਂ ਡਰ ਕੇ ਗੱਲ ਕਰੋਗੇ ਕਿਉਂਕਿ ਤੁਹਾਡੇ ਅੰਦਰ ਚੋਰ ਹੈ ਚੁਗਲੀਆਂ ਕਰਨ ਵਾਲੇ ਵੀ ਤੁਹਾਡੇ ਕੋਲ ਆਣ ਕੇ ਉਹਨਾਂ ਨੂੰ ਪਤਾ ਹੈ ਕਿ ਇਹ ਪੇੜ ਨਹੀਂ ਹੈ ਕਿਉਂਕਿ ਇੱਕ ਅਸਲੀ ਪੇੜ ਚਰਚ ਤੋਂ ਬਾਹਰ ਜਾ ਕੇ ਪਤਾ ਲੱਗਦਾ ਪੇੜ ਹੈਗੀ ਕਿ ਨਹੀਂ ਹੈਗੀ ਉਹ 크੍ਰਿਸਚਨ ਬਿਜ਼ਨਸਮੈਨ ਬਾਹਰ ਜਾ ਕੇ ਜਦੋਂ ਉਹਨੇ ਡੀਲਿੰਗ ਕਰਨੀ ਸ਼ੁਰੂ ਕਰੋ ਫਿਰ ਪਤਾ ਲੱਗਦਾ ਉਹ 크੍ਰਿਸਚਨ ਹੈਗਾ ਕਿ ਨਹੀਂ ਉਹ 크੍ਰਿਸਚਨ ਏਜੰਟ ਫਿਰ ਬਾਹਰ ਜਾ ਕੇ ਪਤਾ ਲੱਗਦਾ ਕਿ ਇਹ 크੍ਰਿਸਚਨ ਏਜੰਟ ਹੈਗਾ ਕਿ ਨਹੀਂ ਹੈਗਾ ਜੋ ਹੱਲੇ ਵੀ 10 ਝੂਠ ਬੋਲਣ ਵਾਲਾ ਉਹਦੀ ਪੇੜ ਨਹੀਂ ਤੁਹਾਨੂੰ ਕੀ ਲੱਗਦਾ ਪਰਮੇਸ਼ਰ ਖੁਸ਼ ਹੈ ਇਦਾਂ ਤਾਨੂੰ ਉਹ ਨਹੀਂ ਦੇ ਪਾਏਗਾ ਜੇ ਤੁਸੀਂ ਹੱਕਦਾਰ ਹੋ ਤੁਸੀਂ ਉਥੇ ਨਹੀਂ ਜਾ ਪਾਉਂਗੇ ਜਿੱਥੇ ਕਿ ਪਰਮੇਸ਼ਰ ਬੋਰਿੰਗ ਕਰਨ ਨਹੀਂ ਆਇਆ ਤੇ ਲਾਈਫ ਨੂੰ ਸਾਮਰਥੀ ਕਰਨ ਆਇਆ ਯੂਸੂਫ ਤਾਨੂੰ ਦਾਊਦ ਤਾਨੂੰ ਸੁਲੇਮਾਨ ਪਤਰਸ ਪੌਲਸ ਆਦਨ ਉਹ ਬਣਾਣ ਲਈ ਆਇਆ ਉਹ ਇਸ ਲਈ ਮਾਰੇ ਗਿਆ ਗਾੜੇ ਗਿਆ ਜੀ ਉੱਠਿਆ ਤਾਨੂੰ ਲੱਗਦਾ ਕਿ ਉਹ ਫालतू ਜੀ ਉੱਠਿਆ ਫालतू ਜ ਮਾਰੇ ਗਿਆ ਫालतू ਜ ਗਾੜੇ ਗਿਆ ਤਾਨੂੰ ਉਹ ਵੱਡਾ ਕਰਨ ਲਈ ਆਇਆ ਨੌਨ ਇਮੇਜਿਨੇਬਲ ਲਿਮਟਲੈਸ ਜੀਵਨ ਦੇਣ ਲਈ ਆਇਆ ਤਾਨੂੰ ਤੁਹਾਡਾ ਬਿਜ਼ਨਸ ਲਿਮਟਲੈਸ ਹੋਏਗਾ ਤੁਸੀਂ ਤੁਸੀਂ ਛੁੱਪ ਛੁੱਪ ਕੇ ਖਾਣਾ ਖਾਓਗੇ ਅੱਧਾ ਘੰਟਾ ਟਾਈਮ ਲੱਗ ਕੇ ਇੰਨਾ ਬਿਜ਼ੀ ਹੋਵੋਗੇ ਤੁਸੀਂ ਤੁਹਾਡੀ ਮਿਨਿਸਟਰੀ ਬਿਜ਼ੀ ਹੋਏਗੀ ਸ਼੍ਰੀਮਛ ਦੇ ਸਾਮਰਤੀ ਨਾਮ ਦੇ ਕਰ ਅੰਮੇ ਨੂੰ ਚਰਚ